ਬੀਬੀ ਜਗੀਰ ਕੌਰ ਨੇ ਅਮਰੀਕਾ ਜਾਂਦਿਆਂ ਰਸਤੇ 'ਚ ਮਾਰੇ ਗਏ ਸੁਨੀਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਨਡਾਲਾ SGPC ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅੱਜ ਅਮਰੀਕਾ ਜਾਂਦਿਆਂ ਪਨਾਮਾ ਦੇ ਜੰਗਲਾਂ 'ਚ ਮਾਰੇ ਗਏ ਨਡਾਲਾ ਵਾਸੀ ਸੁਨੀਲ ਕੁਮਾਰ ਦੇ ਘਰ ਜਾ ਕੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਭ ਤੋਂ ਪਹਿਲਾਂ ਤਾਂ ਪਰਿਵਾਰ ਦੇ ਹਾਲਾਤਾਂ ਨੂੰ ਵੇਖ ਕੇ ਅਤੇ ਪਰਿਵਾਰ ਦੇ ਇਕਲੌਤੇ ਜਵਾਨ ਬੇਟੇ ਦੀ ਮੌਤ ਦਾ ਸੁਣ ਕੇ ਬਹੁਤ ਵੱਡਾ ਦੁੱਖ ਹੈ। ਇਹ ਠੀਕ ਹੈ ਕਿ ਸਾਡੇ ਨੌਜਵਾਨ ਬੱਚੇ ਜਿਹੜੇ ਹੈ ਇੱਥੇ ਸਰਕਾਰਾਂ ਨੇ ਬੜੇ ਵਿਸ਼ਵਾਸ ਦਿੱਤੇ ਸਰਕਾਰ ਨੇ ਕਿ ਅਸੀਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਵਾਂਗੇ ਜੇ ਉਹਨਾਂ ਵਾਸਤੇ ਕੋਈ ਨਾ ਕੋਈ ਪ੍ਰਬੰਧ ਕਰਾਂਗੇ। ਬੱਚਿਆਂ ਨੂੰ ਹੌਸਲਾ ਸੀਗਾ ਵੀ ਸ਼ਾਇਦ ਕਦੀ ਸਾਡੇ ਕੋਈ ਮੌਕਾ ਬਣੂ, ਪਰ ਉਹ ਸਾਰਾ ਕੁਝ ਜਿਹੜਾ ਉਦੋਂ ਉਹਨਾਂ ਦੇ ਅੱਗੇ ਅੱਖਾਂ ਦੇ ਹਨੇਰਾ ਆ ਜਾਂਦਾ ਜਦੋਂ ਉਹਨਾਂ ਨੂੰ ਕੁਛ ਦਿਸਦਾ ਨਹੀਂ। ਬੱਚੇ ਮਾਤਾ ਪਿਤਾ ਨੂੰ ਇਹ ਗੱਲ ਕਹਿ ਕੇ ਕਿ ਅਸੀਂ ਅੱਗੇ ਵਧੀਏ, ਅਸੀਂ ਕਿਸੇ ਪਾਸੇ ਲੱਗੀਏ, ਸਾਡੇ ਉੱਤੇ ਜਿੰਨਾ ਮਰਜ਼ੀ ਖਰਚ ਹੋ ਜਾਵੇ ਸਾਨੂੰ ਵਿਦੇਸ਼ਾਂ ਵਿੱਚ ਭੇਜ ਦਿੱਤਾ ਜਾਵੇ, ਇਹ ਵੈਸੇ ਤਾਂ ਹੈ ਅਤੇ ਬੜੀ ਦਰਦ ਭਰੀ ਕਹਾਣੀ ਹੈ ਕਿ ਜਿਸ ਦਾ ਇਕਲੌਤਾ ਪੁੱਤਰ ਹੋਵੇ ਪਰ ਜਵਾਨੀ ਵਿੱਚ ਹੋਵੇ, ਅਜੇ ਤੱਕ ਉਹਦੀ ਉਮਰ ਜਿਹੜੀ ਸੀ ਬਹੁਤ ਜਿਹੜਾ ਫੁੱਲ ਖਿੜ ਰਿਹਾ ਸੀਗਾ, ਅਤੇ ਘਰ ਦੇ ਵਿੱਚ ਮੈਂ ਦੇਖ ਰਹੀ ਹਾਂ ਦੋ ਬੇਟੀਆਂ ਜਵਾਨ ਨੇ, ਪਿਤਾ ਕਿਰਤ ਕਰਦਾ, ਘਰ ਵਿੱਚ ਉਹਦੇ ਕਿਰਾਏ 'ਤੇ ਰਹਿਣ ਵਾਲਾ ਮਨੁੱਖ ਹੈ, ਉਹਨੇ ਕਰਜ਼ਾ ਲੈ ਕੇ ਜਿਹੜਾ ਏਜੰਟਾਂ ਨੂੰ ਦਿੱਤਾ ਉਹਦਾ ਮੈਂ ਸਮਝ ਦੀ ਜਿਹੜਾ ਬੋਝ ਪੈ ਗਿਆ ਉਹਨੂੰ ਵੀ ਪੂਰਾ ਕਰਨਾ ਬੜਾ ਔਖਾ ਹੈ। ਅੱਗੋਂ ਆਸਾਂ ਬੁੱਝ ਗਈਆਂ, ਸਿਰ ਦੇ ਉੱਤੇ ਕਰਜ਼ਾ ਚੜ੍ਹ ਗਿਆ ਅਤੇ ਪਰਿਵਾਰ ਇਸ ਵੇਲੇ ਹਨੇਰੇ 'ਚ ਬੈਠਾ ਗਿਆ। ਮੈਂ ਸਮਝਦੀ ਜਿਹੜੇ ਇਹ ਲੋਕ ਜਿਹੜੇ ਫਰਜ਼ੀ ਜਿਹੇ ਏਜੰਟ ਬਣੇ ਫਿਰਦੇ ਆ ਟਰੈਵਲ ਏਜੰਟ, ਜਿੱਥੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਉੱਥੇ ਉਹਨਾਂ ਲੋਕਾਂ ਨੂੰ ਵੀ ਸੋਚਣਾ ਪਏਗਾ, ਉਹਨਾਂ ਨੂੰ ਕੋਈ ਅਕਲ ਚਾਹੀਦੀ ਹੈ ਕਿ ਅਸੀਂ ਲੋਕਾਂ ਨੂੰ ਧੋਖਾ ਦੇ ਕੇ ਜੋ ਲੈ ਕੇ ਜਾਂਦੇ ਹਾਂ ਵੀ ਜਿਹਦੇ ਤੁਸੀਂ ਉਡਾਣਾ ਕਰਾ ਸਕਦੇ ਹੋ, ਸਹੀ ਵੀਜ਼ੇ ਲਵਾ ਸਕਦੇ ਹਾਂ, ਲੋਕਾਂ ਨੂੰ ਕੋਈ ਦਰਦ ਨਹੀਂ ਹੁੰਦਾ ਕਿ ਪੈਸੇ ਵੀ ਲੈ ਲੈਣ, ਉਹਨਾਂ ਦੇ ਮਨ 'ਚ ਹੁੰਦਾ ਕਿ ਕੋਈ ਨਹੀਂ ਬੱਚਾ ਕਿਸੇ ਪਾਸੇ ਲੱਗ ਜਾਵੇ, ਪਰ ਇੰਨਾ ਧੋਖਾ ਕਿ ਡੌਂਕੀਆਂ ਕਦੇ ਕਿਸੇ ਜੰਗਲਾਂ 'ਚ ਕਦੇ ਕਿਸੇ ਪਾਸੇ ਵਾੜ ਵਾੜ ਕੇ ਬੱਚਿਆਂ ਨੂੰ ਗੁੰਮਰਾਹ ਕੀਤਾ ਜਾਂਦਾ। ਸੋ ਅੱਜ ਜਿਹੜੀ ਇਹ ਮੌਤ ਦੇਖਣ 'ਚ ਆਈ ਹੈ ਉਹ ਇਹ ਲੱਗਦਾ ਕਿ ਉਸ ਵੇਲੇ ਉਹਨਾਂ ਲੋਕਾਂ ਨੇ ਇਹਨੂੰ ਜਿਸ ਤਰ੍ਹਾਂ ਮਾਰ ਕੇ ਸੁੱਟਿਆ ਹੋਵੇ, ਕਿਉਂਕਿ ਜਾਂ ਤਾਂ ਬੱਚਾ ਮੌਤ ਹੋ ਜਾਂਦੀ, ਸਾਰਾ ਗਰੁੱਪ ਬੈਠਾ ਹੁੰਦਾ ਉਹ ਦੱਸਦੇ ਕਿ ਇਹਦੀ ਮੌਤ ਹੋ ਗਈ ਹੈ, ਘਰ 'ਚ ਇਤਲਾਹ ਦਿੰਦੇ, ਜਦੋਂ ਗਰੁੱਪ ਨਿਕਲ ਗਿਆ ਤਾਂ ਉਹਨੂੰ ਡੌਂਕਰਾਂ ਨੇ ਮਾਰ ਕੇ ਸੁੱਟ ਦਿੱਤਾ। ਉਹਦੀ ਕਿਤੇ ਪਤਾ ਨਹੀਂ, ਜੇ ਖਬਰ ਨਾ ਮਿਲਦੀ ਤਾਂ ਸ਼ਾਇਦ ਅਜੇ ਕਈ ਸਮੇਂ ਗਲ ਗੁਲ ਹੀ ਜਾਂਦਾ। ਸੋ ਬੜਾ ਦੁੱਖ ਹੈ ਇਸ ਪਰਿਵਾਰ ਦੇ ਉੱਤੇ। ਮੈਂ ਉਹਨਾਂ ਨੂੰ ਜਿਹੜੇ ਫਰਜ਼ੀ ਟਰੈਵਲ ਏਜੰਟ ਹੈ ਉਹਨਾਂ ਵਾਸਤੇ ਮੈਂ ਸਰਕਾਰ ਨੂੰ ਬੇਨਤੀ ਕਰਾਂਗੀ ਕਿ ਕਹਿੰਦੇ ਤੁਸੀਂ ਰੋਜ਼ ਹੋ ਕਿ ਅਸੀਂ ਬੜੀ ਨੱਥ ਪਾ ਰਹੇ ਹਾਂ, ਅਸੀਂ ਬੜੀ ਸਖਤੀ ਕਰ ਰਹੇ ਹਾਂ, ਪਰ ਤੁਹਾਡੇ ਕੋਲੋਂ ਹੀ ਨਿਕਲ ਗਿਆ। ਜਦੋਂ ਉਹਨੂੰ ਪਤਾ ਲੱਗ ਗਿਆ ਸੀਗਾ ਉਸ ਪਰਿਵਾਰ ਨੂੰ ਦੌੜਨ ਦਾ ਮੌਕਾ ਕੋਈ ਮਿਲ ਜੇ, ਅੱਜ ਪਰਿਵਾਰ ਕਿਤੇ ਬਾਹਰਲੇ ਦੇਸ਼ ਵਿੱਚ ਨਹੀਂ ਪਹੁੰਚ ਗਿਆ, ਪੰਜਾਬ ਵਿੱਚ ਹੀ ਹੈ, ਕਿਤੇ ਨਾ ਕਿਤੇ ਤਾਂ ਹੋਏਗਾ, ਉਹਦੇ ਰਿਸ਼ਤੇਦਾਰਾਂ ਦਾ ਹੋਏਗਾ, ਕਿਸੇ ਦੋਸਤ ਮਿੱਤਰ ਦੇ ਘਰ ਹੋਏਗਾ, ਹਰ ਚੀਜ਼ ਟਰੇਸ ਹੁੰਦੀ ਹੈ, ਸਾਰੇ ਫੋਨ 'ਤੇ ਖਤਮ ਨਹੀਂ ਹੋ ਗਏ। ਅੱਜ ਕੱਲ੍ਹ ਤਾਂ ਵੱਡੇ ਤੋਂ ਵੱਡਾ ਕ੍ਰਾਈਮ ਜਿਹੜਾ ਉਹ ਵੀ ਟੈਲੀਫੋਨਾਂ ਤੋਂ ਟਰੇਸ ਹੋ ਜਾਂਦਾ। ਸੋ ਮੈਂ DSP ਸਾਹਿਬ ਨੂੰ ਹੁਣੇ ਗੱਲ ਕੀਤੀ ਹੈ ਕਿ DSP ਸਾਹਿਬ, ਇੱਕ ਤਾਂ LOC ਕਹਿੰਦੇ ਖੋਲ੍ਹ ਦਿੱਤੀ ਗਈ ਹੈ ਵੀ ਬਾਹਰਲੇ ਦੇਸ਼ 'ਚ ਨਹੀਂ ਜਾ ਸਕਦਾ, ਤੁਰੰਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਕੰਮ ਸੋ ਕੰਮ ਉਹ ਪਰਚਾ 'ਤੇ ਦਰਜ ਹੋ ਕੇ ਅੰਦਰ ਜਾਣਗੇ, ਬੱਚਾ ਤਾਂ ਵਾਪਸ ਨਹੀਂ ਆਉਣਾ, ਦੁੱਖ ਬੜਾ ਹੈ, ਪਰ ਕੰਮ ਸੋ ਕੰਮ ਜਿਹੜਾ ਇਹਨਾਂ ਨੇ ਕਰਜ਼ਾ ਚੁੱਕਿਆ ਉਹ ਤਾਂ ਇਹਨਾਂ ਨੂੰ ਦਵਾਓ ਵੀ ਕਰਜ਼ਾ 'ਤੇ ਲਾ ਸਕਣ, ਮੋੜ ਸਕਣ, ਕਿ ਅੱਗੇ ਦੱਬੇ ਨਾ ਜਾ ਸਕਣ, ਰੋਟੀ ਖਾਣ ਦੇ ਯੋਗ ਰਹਿ ਸਕਣ। ਸੋ ਬਹੁਤ ਤਕਲੀਫ ਹੈ ਕਿ ਕਾਕਾ ਸਾਡਾ ਸੁਸ਼ੀਲ ਜਿਹੜਾ ਸੀ ਉਹ ਬਹੁਤ ਵੱਡਾ ਅੱਜ ਪਰਿਵਾਰ ਨਾਲ ਧੱਕਾ ਹੋਇਆ। ਮੈਂ ਆਪਣੇ ਵੀਰ ਨਾਲ ਪਰਿਵਾਰ ਨਾਲ ਜਿੱਥੇ ਹਮਦਰਦੀ ਕਰਦੀ ਹੈ ਉੱਥੇ ਮੇਰੇ ਲਾਇਕ ਇਹਨਾਂ ਦੀ ਸੇਵਾਦਾਰ ਹੋਣ ਦੇ ਨਾਤੇ ਕਿਤੇ ਮੈਂ ਕੰਮ ਆ ਸਕਾਂ ਕਿਸੇ ਪਾਸਿਓਂ ਵੀ ਮੈਂ ਹਾਜ਼ਰ ਹਾਂ ਅਤੇ ਹਮੇਸ਼ਾ ਆਪਣੇ ਪਰਿਵਾਰ ਦੇ ਨਾਲ ਖੜ੍ਹੇ ਹੋ ਕੇ ਅਸੀਂ ਸਾਰੇ ਲੋਕ ਇਹਨਾਂ ਦੇ ਨਾਲ ਹਮਦਰਦੀ ਵੀ ਕਰਦੇ ਹਾਂ, ਆਉਣ ਵਾਲੇ ਸਮੇਂ 'ਚ ਇਹਨਾਂ ਦੇ ਨਾਲ ਖਲੋ ਕੇ ਵੀ ਇਹ ਸਾਰੀ ਕਾਰਵਾਈ ਦੇ ਵਿੱਚ ਅੱਗੇ ਹੋ ਕੇ ਸਜ਼ਾ ਦਿਓ। ਪੰਜਾਬ ਸਰਕਾਰ ਜਿਹੜੀ ਹੈ ਉਹ ਲੋਕਾਂ ਨਾਲ ਇਹ ਕਹਿ ਕੇ ਤਾਂ ਕਹਿੰਦੇ ਕਿ ਅਸੀਂ ਬੜੇ ਸਖਤੀ ਕਰ ਰਹੇ ਹਾਂ ਜੀ, ਅਸੀਂ ਬੜੇ ਚਲਟ ਕਰ ਰਹੇ ਹਾਂ, ਇੱਕ ਤਾਂ ਹਰ ਗੱਲ ਦੇ ਵਿੱਚ ਧੋਖਾ ਕਰ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹੁੰਦੀ ਹਾਂ, ਕੈਪਟਨ ਸਾਹਿਬ ਨੂੰ, ਕਿ ਜਿਨ੍ਹਾਂ ਦੇ ਨੌਜਵਾਨ ਬੱਚੇ ਤੁਹਾਡੇ ਇਲਾਰਿਆਂ ਵਿੱਚ ਲੱਗ ਕੇ ਕਿ ਤੁਸੀਂ ਰੁਜ਼ਗਾਰ ਦੇਵਾਂਗੇ ਆਹ ਕਰਾਂਗੇ, ਇਸ ਵੇਲੇ ਵਿਚਾਰੇ ਬੇਘਰੇ ਹੋਏ ਫਿਰਦੇ ਆ, ਉਹਨਾਂ ਨੂੰ ਕੰਮ ਸੋ ਕੰਮ ਕੋਈ ਨਾ ਕੋਈ ਥੋੜ੍ਹੀ ਬਹੁਤੀ ਇਹ ਘਰ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਉਹ ਵਿਚਾਰੇ ਰੋਟੀ ਖਾਣ ਦੇ ਯੋਗ ਰਹਿ ਸਕਣ। ਅਤੇ ਕੇਂਦਰ ਸਰਕਾਰ ਵਾਸਤੇ, ਕਿਉਂਕਿ ਸੁਸ਼ਮਾ ਸਵਰਾਜ ਜੀ ਵਿਦੇਸ਼ ਮੰਤਰੀ ਜਿਹੜੇ ਆ ਉਹਨਾਂ ਦਾ ਹਮੇਸ਼ਾ ਹੀ ਇਹ ਝੁਕਾ ਰਿਹਾ, ਅਸੀਂ ਹਮੇਸ਼ਾ ਦੇਖਿਆ ਕਿ ਜਦੋਂ ਵੀ ਕਿਤੇ ਕੋਈ ਇਹੋ ਜਿਹੀ ਘਟਨਾ ਹੁੰਦੀ ਹੈ ਜਾਂ ਦੇਸ਼ ਵਿੱਚ ਅਤੇ ਜਾਂ ਵਿਦੇਸ਼ ਨਾਲ ਸੰਬੰਧਿਤ, ਉਹ ਹਰ ਕੇਸ ਨੂੰ ਬੜਾ ਸੀਰੀਅਸਲੀ ਲੈਂਦੇ ਆ, ਮਨਿਊਟਲੀ ਲੈਂਦੇ ਆ, ਅਤੇ ਹਮੇਸ਼ਾ ਹੀ ਉਹਦੀ ਬੜੀ ਪੈਰਵਾਈ ਕਰਕੇ ਜਵਾਬ ਦਿੰਦੇ ਆ ਕਿ ਇਹਦੀ ਕੀ ਘਟਨਾ ਹੋਈ ਹੈ। ਮੈਂ ਸਮਝਦੀ ਕਿ ਪਰਿਵਾਰ ਨੇ ਇਹ ਸਾਰੀ ਇਤਲਾਹ ਉਹਨਾਂ ਪਹੁੰਚ ਗਈ ਹੈ, ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਇਸ ਗੱਲ ਵਾਸਤੇ ਜਾਣੂ ਕਰਵਾਈਏ। ਉਹ ਸਾਂਪਲਾ ਜੀ ਨੂੰ ਮੈਂ ਬੇਨਤੀ ਕਰਾਂਗੀ ਕਿ ਉਹ ਪਿੱਛੇ ਪੈ ਕੇ ਇਹਨੂੰ ਜਿਹੜਾ ਤੇਜ਼ੀ ਨਾਲ ਇਸ ਕਾਰਵਾਈ ਨੂੰ ਜਿਹੜਾ
ਇਸ ਮੌਕੇ ਉਹਨਾਂ ਦੇ ਨਾਲ ਨਗਰ ਪੰਚਾਇਤ ਨਡਾਲਾ ਦੇ ਪ੍ਰਧਾਨ ਡਾਕਟਰ ਨਰਿੰਦਰ ਪਾਲ ਬਾਵਾ, ਅਵਤਾਰ ਸਿੰਘ ਮੁਲਤਾਨੀ ਅਤੇ ਹੋਰ ਹਾਜ਼ਰ ਸਨ।